Welcome to your new house. Thank you, Mr. Gary. ਚਾਰ ਸਿੰਘ ਤੁਹਾਨੂੰ ਤੇ ਭੈਣ ਜੀ ਨੂੰ ਨਵੇਂ ਘਰ ਦੀਆਂ ਬਹੁਤ ਬਹੁਤ ਵਧਾਈਆਂ। ਗੈਰੀ ਥੈਂਕ ਯੂ ਤੁਹਾਡਾ ਜਿਨ੍ਹਾਂ ਨੇ ਸਾਨੂੰ ਬਹੁਤ ਸੋਹਣਾ ਘਰ ਲੱਭ ਕੇ ਦਿੱਤਾ। ਚਾਬੀ ਵੀਰ ਜੀ ਤੁਸੀਂ ਤਾਂ ਸਾਡੇ ਨਵੇਂ ਘਰ ਨੂੰ ਚਾਰ ਚੰਦ ਹੀ ਲਾ ਦਿੱਤੇ। ਥੈਂਕ ਯੂ ਭੈਣ ਜੀ। ਥੈਂਕ ਯੂ ਵੈਰੀ ਮੱਚ। ਕੰਗ੍ਰੈਚੁਲੇਸ਼ਨਸ। ਕਿਰਨ ਅੱਜ ਸਾਡੇ ਸਾਰੇ ਸੁਪਨੇ ਸਕਾਰ ਹੋ ਗਏ। ਘਰ ਵਾਲੀ ਦੇਖ ਕੇ ਤਾਂ ਰੂਹ ਖੁਸ਼ ਹੁੰਦੀ ਹੈ। ਨਾ ਚਰਨ ਸਾਡੀ ਸਾਰੀ ਉਮਰ ਦੀ ਕਮਾਈ ਵੀ ਤਾਂ ਲੱਗ ਗਈ। ਓਏ ਆਪਣੀ ਲਾਡ ਲਈ ਭਲਾ ਕੌਣ ਨਹੀਂ ਕਰਦਾ। ਅਸੀਂ ਵੀ ਤਾਂ ਉਹੀ ਕੀਤਾ ਹੈ ਜੋ ਸਾਰੀ ਦੁਨੀਆ ਕਰਦੀ ਹੈ। ਚੱਲ ਸਾਡੀ ਤਾਂ ਜਿਹੜੀ ਲੰਘਣੀ ਸੀ ਲੰਘ ਗਈ। ਕਮ ਸੇ ਕਮ ਜੈਸ ਲਈ ਤਾਂ ਸਾਰਾ ਕੁਝ ਬਣ ਗਿਆ। ਇਹ ਤਾਂ ਠੀਕ ਕਿਹਾ ਤੁਸੀਂ। ਹਾਂ ਚੱਲ ਆ ਚੱਲ ਗਏ। ਕਰਨਾ ਜੈਸ ਕਿੱਥੇ ਗਿਆ ਹੋਇਆ? ਉਹਦੀ ਕਾਰ ਵੀ ਘਰ ਨਜ਼ਰ ਨਹੀਂ ਆਉਂਦੀ। ਆਹੋ ਕਹਿੰਦਾ ਸੀਗਾ ਪੀਜ਼ਾ ਲੈਣ ਚੱਲੇ ਆ ਮਾਮ, ਪਰ ਹੁਣ ਤਾਂ ਉਹਨੂੰ ਗਏ ਨੂੰ ਵੀ ਕਾਫੀ ਟਾਈਮ ਹੋ ਗਿਆ। ਇੱਕ ਤਾਂ ਮੁੰਡੇ ਨੇ ਨਵਾਂ ਨਵਾਂ ਲਾਇਸੈਂਸ ਲਿਆ ਆ, ਡਰ ਹੀ ਲੱਗਦਾ ਕਾਰ ਚੱਕਦਾ ਭੱਜ ਜਾਂਦਾ ਆ। ਕਿਹੜੇ ਪੀਜ਼ੇ ਤੇ ਗਿਆ? ਹਾਂ ਜੈਸ ਪੀਜ਼ੇ ਤੇ ਕਹਿੰਦਾ ਸੀ ਆਪਣੇ। ਅੱਛਾ ਚੱਲ ਮੈਂ ਦੇਖ ਕੇ ਆਉਣਾ ਕਿੱਥੇ ਗਿਆ। Got the pizza. thank you, Jazz. I was so hungry. Yeah, I know. Here, hit the meat first. Oh, thanks. I always need that. How's it eat? Tastes good with flavor, is it? Golden tobacco. That's Gary, bro. Side taki bane. Oh, Jazz. Haji tanu nu pata lagna. Bro, ni gat bandiyan panga le liya. You want me to pass the vape? What flavor is this? Golden tobacco. Bro, lala. Ni bro, random ani vape karda. Bro, tu vape nahi karda? Kudi kitna milu fir? ਲੱਭਿਆ ਨੀ ਜੈਸ ਕਿੱਥੇ ਆ? ਨਾ ਬੋਲਦੇ ਨੀ ਕੁਛ। ਕੀ ਬੋਲਾਂ? ਨਾ ਬੇਬੀ ਦੱਸੋ ਤਾਂ ਸਹੀ ਮੁੰਡਾ ਕਿੱਥੇ ਆ? ਤਾਂ ਜਾ ਕੇ ਦੇਖ ਲੈ, ਆਪੇ ਪਤਾ ਲੱਗ ਜੂ ਕਿੱਥੇ ਆ। ਜੈਸ ਕਿੱਥੇ ਸੀ ਇੰਨੇ ਚਿਰ ਦਾ? ਕਦੋਂ ਦਾ ਘਰੋਂ ਗਿਆ ਹੋਇਆ? ਇੱਕ ਮਿੰਟ ਇੱਧਰ ਆਈ, ਸਮੋਕ ਕਰਕੇ ਨਾਲੇ ਬੀਰਾ ਪੀਤੀਆਂ, ਤੈਨੂੰ ਸ਼ਰਮ ਨਹੀਂ ਆਉਂਦੀ? ਇਟਸ ਓਕੇ, ਇਟਸ ਨੋਟ ਓਕੇ। ਤੁਸੀਂ ਐਵੇਂ ਨਾ ਮੁੰਡੇ ਨੂੰ ਇੰਨਾ ਗੁੱਸੇ ਹੋਈ ਜਾਓ, ਮੈਂ ਆਪੇ ਸਮਝਾ ਲੂੰਗੀ। ਹਾਂ
ਕੀ ਹੋ ਗਿਆ? ਲੱਗਦਾ ਢੂਈ ਨੂੰ ਬਲ ਪੈ ਗਿਆ। ਨਾ ਤੁਸੀਂ ਠੀਕ ਤਾਂ ਹੋ, ਨਾ ਇੰਨੀ ਵਾਰੀ ਕਿਹਾ ਆ ਵੀ ਜੇ ਬੈਕ ਨੂੰ ਇੰਨੀ ਪ੍ਰੋਬਲਮ ਆ ਤਾਂ ਨਾ ਇੰਨਾ ਕੰਮ ਕਰਿਆ ਕਰੋ, ਪਰ ਤੁਸੀਂ ਕਿਹੜਾ ਮੇਰੀ ਕੋਈ ਗੱਲ ਸੁਣਦੇ ਆ? ਹੋਰ ਕਿਹਨੇ ਕਰਨਾ ਕਹਿਣ, ਉਹਨੂੰ ਜੈਸ ਨੂੰ ਕਹਿ ਅੰਦਰ ਆ ਕੇ ਘਾਹ ਕੱਟ ਦੇਵੇ, ਬਾਹਰ ਘਰ ਦਾ ਬੁਰਾ ਹਾਲ ਹੋਇਆ ਪਿਆ। ਉਹ ਤਾਂ ਮੈਨੂੰ ਲੱਗਦਾ ਅਜੇ ਸੁੱਤਾ ਪਿਆ। ਹੈਂ ਸੁੱਤਾ ਪਿਆ, ਸ਼ਾਮ ਦੇ 4 ਵੱਜਦੇ ਆ, ਚੱਲ ਸਾਰੀ ਸਾਰੀ ਰਾਤ ਘਰੇ ਨਹੀਂ ਵੜਨਾ ਤਾਂ ਫਿਰ ਇਸ ਵੇਲੇ ਉੱਠ ਵੀ ਕਿੱਥੋਂ ਹੋਣਾ। ਚਲੋ ਉੱਠੋ, ਆਰਾਮ ਕਰ ਲਓ ਅੰਦਰ ਬੈਠ ਕੇ। ਚੱਲ ਆਉਣਾ ਮੈਂ ਹੌਲੀ ਹੌਲੀ। ਚਾਬੀਆਂ ਜਮ ਮੁੱਕਿਆ ਨੀ, ਲਿਆ ਕਾਰ ਫੜਾ ਕਰ ਦੀ ਚਾਬੀਆਂ। ਕਾਰ ਮੇਰੀ ਆ ਡੈਡ। ਅੱਛਾ ਕਾਰ ਤੇਰੀ ਆ, ਪੇਮੈਂਟ ਮੈਂ ਦੇਵਾਂ, ਕਾਰ ਤੇਰੀ ਆ। ਨਾ ਤੁਸੀਂ ਨਾ ਦੋਹੀ ਜਣੇ ਐਵੇਂ ਲੜਾਈ ਨਾ ਵਧਾਈ ਜਾਓ, ਲੈ ਪੁੱਤ ਮੈਨੂੰ ਫੜਾ ਦੋ ਚਾਬੀਆਂ, ਕਿਤੇ ਨਹੀਂ ਜਾਣਾ। ਮਾਂ ਮੈਨੂੰ ਜਾਣ ਦਿਓ, ਮੈਂ ਵੀ ਆਪਦੀ ਲਾਈਫ ਇੰਜੋਏ ਕਰਨੀ ਹੈ, ਜੇ ਤੁਸੀਂ ਮੈਨੂੰ ਨਹੀਂ ਜਾਣਦੇ ਨਾ ਦੈਨ ਆਖਿਆਂ ਦੇਖੀਏ। ਅੱਛਾ ਡਰਾਬਾ ਦਿੰਦਾ, ਜਦੋਂ ਪੁੱਤ ਬਾਹਰ ਜਾ ਕੇ ਬੇਸਮੈਂਟ ਦਾ ਕਿਰਾਇਆ ਨਾ ਪੂਰਾ ਹੋਇਆ ਪਤਾ ਤੈਨੂੰ ਫੇਰ ਲੱਗਣਾ। ਕੋਈ ਨਾ ਡੈਡ, ਆਈ ਹੈਵ ਟੂ ਗੋ। ਸ਼ਾਬਾਸ਼ ਤੇਰੇ ਜੈਸ, ਮਰ ਕੇ ਅਸੀਂ ਸਾਰੀ ਉਮਰ ਕਮਾਈਆਂ ਕਰਦੇ, ਆਪਣੇ ਆਪ ਨੂੰ ਰੋਗ ਲਾ ਲਏ, ਕੋਈ ਆਪ ਦਾ ਸ਼ੌਂਕ ਨਹੀਂ ਪੂਰਾ ਕੀਤਾ ਤਾਂ ਕਿ ਤੇਰਾ ਕੁਝ ਬਣ ਜਾਵੇ, ਕਾਹਦੀ ਖਾਤਰ? ਪਰ ਅੱਜ ਤੇਰੇ ਫਰੈਂਡ ਸਾਡੇ ਨਾਲ ਚੰਗੇ ਹੋ ਗਏ, ਸ਼ਾਬਾਸ਼। ਕੀ ਲੈਣਾ ਸੀ ਐਡਾ ਵੱਡਾ ਮਹਿਲ ਬਣਾ ਕੇ? ਮੈਂ ਕਦੋਂ ਕਿਹਾ ਸੀ ਤੁਸੀਂ ਮੇਰੇ ਲਈ ਕਰੋ? ਵੇ ਪੁੱਤਰਾ, ਵੇ ਰੱਬ ਦਾ ਵਾਸਤਾ ਹੀ ਘਰੇ ਬਹਿ ਲਾ, ਘਰੇ ਬਹਿ ਕੇ ਜਿਹੜਾ ਕੰਮ ਕਰਨਾ ਕਰ ਲਾ। ਲੀਵ ਮੀ ਅਲੋਨ, ਜਾਣ ਦਿਓ ਮੈਨੂੰ। ਜੈਸ, ਜੇ ਤੂੰ ਜਾਣਾ ਹੀ ਚਾਹੁੰਦਾ ਹੈ ਤਾਂ ਮੇਰੇ ਤੋਂ ਪਰੇ ਹੋ ਕੇ ਜਾ ਸਕਦਾ ਹੈ, ਪਰ ਮੇਰੇ ਵੱਲੋਂ ਨਾ। ਦੱਸ ਓਕੇ ਬਾਏ ਡਾ। ਤੂੰ ਸੱਚ ਆਖਦੀ, ਪਹਿਲਾਂ ਕਮਾਈਆਂ ਕਰ ਕਰ ਸੇ ਤੰਗ ਵਾਲੀ, ਹੁਣ ਔਲਾਦ ਗਵਾ ਲਈ, ਕੀ ਖੱਟਿਆ ਕਨੇਡਾ ਆ ਕੇ, ਕੀ ਪਤਾ ਸੀ ਐਡੇ ਵੱਡੇ ਵੱਡੇ ਘਰਾਂ ਦੇ ਵਿੱਚ ਇਸ ਉਮਰ 'ਚ ਇਕੱਲੇ ਰਹਿਣਾ ਪਊ।